ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਮੈਂ ਹਾਂ ਜੈਸਮਨ ਗੋਲ। ਮੈਂ ਹਾਂ ਸੋਨਾ ਅਵਸਥੀ। ਅਤੇ ਮੈਂ ਹਾਂ ਜਸਪ੍ਰੀਤ ਸਿੰਘ, ਸੰਦੀਪਨੀ ਗੁਰੂਕੁਲ ਦੇ ਵਿਦਿਆਰਥੀ। ਅੱਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜ਼ਾਲਮ ਮੁਗਲਾਂ ਵੱਲੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੂਰਾ ਸੋਭੇ ਜਾਣੀਏ ਜੋ ਲੜੇ ਜੀਤ ਕੇ, ਪੂਜਾ ਪੂਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਪੁੱਤਰ ਸਨ, ਜਿਨ੍ਹਾਂ ਵਿੱਚ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੇ ਸਾਹਿਬਜ਼ਾਦਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅਤੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਲਈ, ਇਸ ਕੌਮ ਲਈ ਵਾਰ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਮੁਗਲਾਂ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ, ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲਾਹੌਰ ਦੇ ਜਾਲਮ ਸੂਬੇਦਾਰ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਇਸ ਤੋਂ 21 ਤੋਂ 28 ਦਸੰਬਰ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ, ਅਤੇ 21 ਦਸੰਬਰ ਨੂੰ ਪਹਾੜੀ ਰਾਜਿਆਂ ਦੀ ਬੇਈਮਾਨੀ ਕਾਰਨ ਗੁਰੂ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ, ਜੋ ਕਿ ਅੱਜ ਅਨੰਦਪੁਰ ਸਾਹਿਬ ਵਜੋਂ ਜਾਣਿਆ ਜਾਂਦਾ ਹੈ। 22 ਦਸੰਬਰ ਸਰਸਾ ਨਦੀ ਤੇ ਆਏ ਭਾਰੀ ਤੂਫਾਨ ਅਤੇ ਨੇਰੀ ਚੱਕਣ ਕਾਰਨ ਗੁਰੂ ਜੀ ਦੇ ਪਰਿਵਾਰ ਦੇ ਹਿੱਸੇ ਹੋ ਗਏ, ਜਿਨ੍ਹਾਂ ਵਿੱਚੋਂ ਗੁਰੂ ਜੀ ਨਾਲ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਰਹਿ ਗਏ, ਅਤੇ ਦੂਜੇ ਪਾਸੇ ਮਾਤਾ ਗੁਜਰੀ ਜੀ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਰਹਿ ਗਏ। ਚਲਦਿਆਂ ਚਲਦਿਆਂ ਰਾਹ ਵਿੱਚ ਉਹਨਾਂ ਨੂੰ ਗੰਗੂ ਨਾਮ ਦਾ ਇੱਕ ਵਿਅਕਤੀ ਮਿਲਿਆ, ਉਹ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਪਰ ਜਦ ਇਹ ਗੱਲ ਜਾਲਮ ਸੂਬੇਦਾਰ ਨੂੰ ਪਤਾ ਚੱਲੀ ਤਾਂ ਉਸ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ ਠੰਡੇ ਬੁਰਜ ਵਿੱਚ ਰੱਖ ਦਿੱਤਾ। ਮਾਤਾ ਜੀ ਠੰਡੇ ਬੁਰਜ ਬੈਠੇ ਪੂਰੀ ਰਾਤ ਛੋਟੇ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ ਰਹੇ ਕਿ ਕੁਝ ਵੀ ਹੋ ਜਾਏ ਅਸੀਂ ਜ਼ੁਲਮ ਅੱਗੇ ਨਹੀਂ ਝੁਕਾਂਗੇ। ਪਰ ਅਗਲੇ ਦਿਨ ਜਦ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਅੱਗੇ ਪੇਸ਼ ਕੀਤਾ ਤੇ ਸੂਬੇਦਾਰਾਂ ਨੇ ਉਹਨਾਂ ਨੂੰ ਕਈ ਲਾਲਚ ਦਿੱਤੇ, ਪਰ ਛੋਟੇ ਸਾਹਿਬਜ਼ਾਦੇ ਨੇ ਸਾਫ਼ ਮਨਾ ਕਰ ਦਿੱਤਾ ਅਤੇ ਗੱਜ ਕੇ ਬੋਲੇ, ਅਸੀਂ ਪੁੱਤ ਸ੍ਰੀ ਗੋਬਿੰਦ ਸਿੰਘ ਦੇ, ਪੋਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ, ਮਾਤਾ ਗੁਜਰੀ ਜੀ ਦੇ ਨਾਲ ਜ਼ੁਲਮ ਅੱਗੇ ਖੜੀਏ ਬਣ ਕੇ ਅਸੀਂ ਦਾਲ। ਇਹ ਕਹਿੰਦਿਆਂ ਹੀ ਜ਼ਾਲਮ ਸੂਬੇਦਾਰ ਨੇ ਆਪਣੇ ਮੰਤਰੀਆਂ ਕੋਲੋਂ ਪੁੱਛਿਆ ਅਤੇ ਸਜ਼ਾ ਤੌਰ ਤੇ ਉਹਨਾਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਹੁਕਮ ਦਿੱਤਾ। ਇਹ ਸਾਰੀ ਘਟਨਾ ਮਾਤਾ ਗੁਜਰੀ ਜੀ ਆਪਣੇ ਮੂੰਹ ਇੰਜ ਪ੍ਰਵਾਨ ਕਰਦੇ ਹਨ, ਆਓ ਸਰਵਣ ਕਰੀਏ।
ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਜਾ ਖੜੋ ਗਏ। ਜਦ ਇਹ ਖਬਰ ਮਾਤਾ ਜੀ ਨੂੰ ਪਤਾ ਲੱਗੀ ਤਾਂ ਉਹ ਵੀ ਸਰੀਰ ਤਿਆਗ ਗਏ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤਰ ਵਾਰ ਗਏ। ਆਖਦੇ ਹਨ, ਇੱਕ ਪੁੱਤਰ ਉਹਦੇ ਸ਼ੀਸ਼ ਪਰ ਵਾਰ